ਸਤਿ ਸ਼੍ਰੀ ਅਕਾਲ ਜੀ, ਮੈਂ ਜਤਿੰਦਰ ਸਿੰਘ ਔਲਖ, ਗੁਰਕੁਲ ਡਿਗਰੀ ਕਾਲਜ ਗੁਰਦਾਸਪੁਰ ਤੋਂ। ਅੱਜ ਤੁਹਾਨੂੰ ਸਾਰਿਆਂ ਨੂੰ ਦੱਸਦੇ ਹੋਇਆ ਖੁਸ਼ੀ ਹੋ ਰਹੀ ਹੈ ਕਿ ਅਸੀਂ ਗੁਰਕੁਲ ਡਿਗਰੀ ਕਾਲਜ ਗੁਰਦਾਸਪੁਰ ਵਿੱਚ ਦੇਸ਼ ਭਗਤ ਯੂਨੀਵਰਸਿਟੀ ਦਾ ਸੈਂਟਰ ਲੈ ਕੇ ਆਏ ਹਾਂ, ਜੋ ਕਿ ਰੈਗੂਲਰ ਮੋਡ ਵਿੱਚ ਹੈ। ਇਸ ਸੈਂਟਰ ਦੀ ਖਾਸੀਅਤ ਇਹ ਹੈ ਕਿ ਇੱਥੇ ਹਾਇਰ ਐਜੂਕੇਸ਼ਨ ਦੇ ਸਾਰੇ ਹੀ ਕੋਰਸਿਸ ਕਰਵਾਏ ਜਾਂਦੇ ਹਨ, ਜਿਵੇਂ MA, MA ਇੰਗਲਿਸ਼, ਹਿਸਟਰੀ, ਪੋਲੀਟੀਕਲ, ਸੋਸ਼ੋਲੋਜੀ, ਇਕਨੋਮਿਕਸ, ਅਤੇ ਨਾਲ ਹੀ MSc ਸਾਰੀਆਂ ਹੀ ਕਰਵਾਈਆਂ ਜਾ ਰਹੀਆਂ ਹਨ। MCA ਵੀ ਕਰਵਾਈ ਜਾ ਰਹੀ ਹੈ, MLib ਵੀ ਕਰਵਾਈ ਜਾ ਰਹੀ ਹੈ, ਕਿਉਂਕਿ ਬੱਚਿਆਂ ਨੂੰ ਅੱਗੇ ਇਹ ਕੋਰਸ ਕਰਨ ਵਾਸਤੇ ਗੁਰਦਾਸਪੁਰ ਤੋਂ ਬਾਹਰ ਜਾਣਾ ਪੈਂਦਾ ਸੀ, ਅਤੇ ਨਾਲ ਹੀ ਪੈਰਾਮੈਡੀਕਲ ਕੋਰਸਿਸ ਜਿਵੇਂ DMLT, ਐਕਸਰੇ, ਨੈਨੀ ਦਾ ਅਤੇ ਹੈਲਥ ਅਸਿਸਟੈਂਟ ਦਾ, ਇਹ ਸਾਰੇ ਕੋਰਸਿਸ ਉਹ ਹਨ ਕਿ ਜੋ ਕਿ UGC ਅਪਰੂਵਡ ਕਰਵਾਏ ਜਾ ਰਹੇ ਹਨ, ਕਿਉਂਕਿ ਮੋਸਟਲੀ ਅਸੀਂ ਦੇਖਦੇ ਸੀ ਕਿ ਬੱਚੇ ਕਿਤੇ ਨਾ ਕਿਤੇ ਫਸ ਜਾਂਦੇ ਸਨ ਅਤੇ ਉਹਨਾਂ ਦੀ ਕੋਰਸਾਂ ਦੀ ਮਾਨਤਾ ਨਹੀਂ ਸੀ ਹੁੰਦੀ। ਅਸੀਂ ਸਾਰੇ ਹੀ ਬੱਚਿਆਂ ਦੇ ਭਵਿੱਖ ਨੂੰ ਮੁੱਖ ਰੱਖਦਿਆਂ ਹੋਇਆਂ ਅਪਰੂਵਡ ਯੂਨੀਵਰਸਿਟੀ, ਜੋ ਕਿ ਪੰਜਾਬ ਦੀ ਹੈ ਅਤੇ ਨਾਮੀ ਯੂਨੀਵਰਸਿਟੀ ਹੈ, ਇਸ ਨੂੰ ਲੈ ਕੇ ਆਏ ਹਾਂ। ਇਸ ਕਰਕੇ ਲੈ ਕੇ ਆਏ ਹਾਂ ਕਿਉਂਕਿ ਗੁਰਦਾਸਪੁਰ ਦੇ ਵਿੱਚ ਇਸ ਤਰ੍ਹਾਂ ਦੇ ਕੋਰਸਿਸ ਜਿਹੜੇ ਨਹੀਂ ਸੀ ਕਰਵਾਏ ਜਾ ਰਹੇ, ਅਤੇ ਅਸੀਂ ਚਾਹੁੰਦੇ ਸੀ ਕਿ ਅਸੀਂ ਗੁਰਦਾਸਪੁਰ ਦੇ ਲੋਕਾਂ ਦੀ ਸੇਵਾ ਕਰੀਏ ਅਤੇ ਨਾਲ ਹੀ ਉਹਨਾਂ ਨੂੰ ਕੁਆਲਿਟੀ ਐਜੂਕੇਸ਼ਨ ਦੇਈਏ। ਸੋ ਮੈਨੂੰ ਦੱਸਦਿਆਂ 'ਚ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਨੂੰ ਇਹ ਸੈਂਟਰ ਕਾਫੀ ਦਿਨਾਂ ਤੋਂ ਮਿਲਿਆ ਸੀ ਅਤੇ ਐਡਮਿਸ਼ਨਸ ਵੀ ਕਾਫੀ ਹੋ ਚੁੱਕੀਆਂ ਹਨ। ਕੁਝ ਬੱਚੇ ਸੀ ਕਿ ਜਿਨ੍ਹਾਂ ਨੂੰ ਅਸੀਂ ਇਹ ਚੀਜ਼ਾਂ ਦੀ ਇਨਫੋਰਮੇਸ਼ਨ ਦੇਣਾ ਚਾਹ ਰਹੇ ਸੀ, ਉਹ ਤੁਹਾਡੇ ਮਾਧਿਅਮ ਰਾਹੀਂ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ 9 ਤੋਂ 3 ਕਿਸੇ ਟਾਈਮ ਵੀ ਆਣ ਕੇ ਇੱਥੇ ਇਨਫੋਰਮੇਸ਼ਨ ਲੈ ਸਕਦੇ ਹੋ। ਦੇਸ਼ ਭਗਤ ਯੂਨੀਵਰਸਿਟੀ ਪੰਜਾਬ ਦੀ ਯੂਨੀਵਰਸਿਟੀ ਹੈ, ਪ੍ਰਾਈਵੇਟ ਸਟੇਟ ਯੂਨੀਵਰਸਿਟੀ ਹੈ ਅਤੇ UGC ਅਪਰੂਵਡ ਹੈ ਅਤੇ ਸਾਰੇ ਪੈਰਾਮੀਟਰ ਪੂਰੇ ਕਰਦੀ ਹੈ, ਅਤੇ ਰੈਗੂਲਰ ਮੋਡ ਵਿੱਚ ਜਿਹੜੇ ਕੋਰਸ ਗੁਰਦਾਸਪੁਰ ਵਿੱਚ ਹੋਣਗੇ ਅਤੇ ਐਗਜ਼ਾਮੀਨੇਸ਼ਨ ਸੈਂਟਰ ਵੀ ਗੁਰਕੁਲ ਡਿਗਰੀ ਕਾਲਜ ਵਿੱਚ ਹੀ ਹੋਏਗਾ। ਧੰਨਵਾਦ ਦੋਸਤੋ।